ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈੱਬ ਟੀਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ ਹਾਜ਼ਰ ਹਾਂ। ਹਰ ਹਫ਼ਤੇ ਦੀ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚ ਉੱਘੇ ਪੱਤਰਕਾਰ ਜਨਾਬ ਸਤਨਾਮ ਸਿੰਘ ਮਾਣਕ ਜੀ ਆਪਣੇ ਨੇ। ਪਰ ਮਾਣਕ ਸਾਹਿਬ ਦੇ ਕੋਲੋਂ ਖਬਰਾਂ ਦੇ ਉੱਤੇ ਟਿੱਪਣੀਆਂ ਲੈਣ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਖਬਰਾਂ ਨੇ ਇਹਦੇ ਵੱਲ ਝਾਤ ਮਾਰਦੇ ਹਾਂ। ਪੰਜਾਬ ਦੀ ਰਾਜਨੀਤੀ ਦੇ ਵਿੱਚ ਹਰ ਰੋਜ਼ ਕੁਝ ਨਾ ਕੁਝ ਨਵਾਂ ਵਾਪਰ ਰਿਹਾ, ਪਰ ਦੁੱਖ ਦੀ ਗੱਲ ਇਹ ਹੈ ਕਿ ਚੰਗਾ ਬਹੁਤ ਘੱਟ ਵਾਪਰ ਰਿਹਾ ਅਤੇ ਕੂੜ ਪ੍ਰਧਾਨ ਜਿਹੜੀ ਗਾਇਕੀ ਆ ਉਹ ਲਗਾਤਾਰ ਅੱਗੇ ਤੋਂ ਅੱਗੇ ਵੱਧ ਰਹੀ ਹੈ। ਬਰਗਾੜੀ ਵਾਲੇ ਇਨਸਾਫ਼ ਮੋਰਚੇ ਨੂੰ ਸਮਾਪਤ ਕਰ ਦਿੱਤਾ ਗਿਆ, ਹਾਲਾਂਕਿ ਮੁਤਵਾਜ਼ੀ ਜਥੇਦਾਰਾਂ ਨੇ ਇਹ ਗੱਲ ਕਹੀ ਹੈ ਕਿ ਇਹ ਵਕਤੀ ਤੌਰ ਦੇ ਉੱਤੇ ਅਸੀਂ ਸਮਾਪਨ ਕੀਤਾ, ਪੱਕੇ ਤੌਰ ਦੇ ਉੱਤੇ ਨਹੀਂ। ਅਤੇ ਜੇਕਰ ਅਸੀਂ ਗੱਲ ਕਰੀਏ ਅਕਾਲੀ ਦਲ ਦੀ ਤਾਂ ਮੁਆਫ਼ੀ ਦਾ ਸਿਲਸਿਲਾ, ਭੁੱਲ ਬਖਸ਼ਾਈ ਦਾ ਸਿਲਸਿਲਾ ਪਿਛਲੇ 3 ਦਿਨਾਂ ਤੋਂ ਜਾਰੀ ਸੀ। ਜਿਸ ਤਰੀਕੇ ਨਾਲ ਉੱਥੇ ਰੈੱਡ ਕਾਰਪੇਟ ਵਿਛਾਇਆ ਗਿਆ, ਜਿਸ ਤਰੀਕੇ ਨਾਲ ਵਿਰੋਧ ਹੋਇਆ, ਜਿਸ ਤਰੀਕੇ ਦੇ ਨਾਲ ਧਾਰਮਿਕ ਸੇਵਾ ਭਾਵਨਾ ਦੇ ਤਹਿਤ ਉੱਥੇ ਭਾਂਡੇ ਮਾਂਜੇ ਗਏ, ਜੁੱਤੀਆਂ ਪਾਲਿਸ਼ ਕੀਤੀਆਂ ਗਈਆਂ, ਕੀਰਤਨ ਸਰਵਣ ਕੀਤਾ ਗਿਆ, ਫੁਲਕੇ ਬਣਾਏ ਗਏ, ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਜ਼ਰੂਰ ਉੱਠੀ ਹੈ ਕਿ ਮਾਫ਼ੀ ਤਾਂ ਮੰਗ ਲਈ, ਚਲੋ ਠੀਕ ਆ, ਪਰ ਕਿਹੜੀ ਗੱਲ ਦੀ ਮੰਗ ਲਈ ਇਹ ਨਹੀਂ ਪਤਾ ਲੱਗ ਰਿਹਾ ਹਾਲੇ ਤੱਕ। ਅਤੇ ਜੇਕਰ ਅਸੀਂ ਗੱਲ ਕਰੀਏ ਵਿਧਾਨ ਸਭਾ ਦੇ ਸੈਸ਼ਨ ਦੀ ਜਿਹੜਾ ਕਿ ਸ਼ੁਰੂ ਹੋਣ ਜਾ ਰਿਹਾ, ਇਹਦੇ ਹੰਗਾਮੇ ਭਰਪੂਰ ਰਹਿਣ ਦੀ ਆਸ ਆ ਅਤੇ ਕੁਝ ਇੱਕ ਹੋਰ ਵੀ ਖਬਰਾਂ ਨੇ। ਪਹਿਲਾਂ ਮਾਣਕ ਸਾਹਿਬ ਤੁਹਾਡਾ ਸਵਾਗਤ ਕਰਦੇ। ਸ਼ੁਕਰੀਆ ਜੀ। ਮਾਣਕ ਸਾਹਿਬ, ਅਕਾਲੀ ਦਲ ਦੀ ਮੁਆਫ਼ੀ ਤੋਂ ਸ਼ੁਰੂਆਤ ਕਰਦੇ ਹਾਂ। ਪਿਛਲੇ 10 ਵਰ੍ਹਿਆਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਕਹੀ ਗਈ ਹੈ ਗੱਲ ਕਿ ਕਈ ਕਿਸਮ ਦੀਆਂ ਗਲਤੀਆਂ ਹੋਈਆਂ। ਕਾਂਗਰਸ ਨੇ ਗੱਲ ਕਹੀ ਹੈ ਕਿ ਸਾਨੂੰ ਪਤਾ ਕਿਹੜੀਆਂ ਕਿਹੜੀਆਂ ਗਲਤੀਆਂ ਹੋਈਆਂ ਜਿਹੜੀ ਇਹ ਮੁਆਫ਼ੀ ਮੰਗੀ ਹੈ। ਇਹਦੇ ਤੁਸੀਂ ਕੀ ਮੰਨਦੇ ਹੋ ਅਰਥ? ਇਹਦੇ ਨਾਲ ਅਕਾਲੀ ਦਲ ਹੋਰ ਕਸੂਤਾ ਫਸੂ ਜਾਂ ਅਕਾਲੀ ਦਲ ਮੁੜ ਪੈਰਾਂ ਸਿਰ ਹੋ ਜੂ? ਭੈਣਾ ਜੀ, ਗੱਲ ਇਹ ਹੈ ਕਿ ਅਕਾਲੀ ਦਲ ਬਹੁਤ ਵੱਡੀ ਪਾਰਟੀ ਹੈ ਪੰਜਾਬ ਦੀ ਰਾਜਨੀਤੀ ਵਿੱਚ ਅਤੇ ਦੇਸ਼ ਦੀ ਰਾਜਨੀਤੀ ਵਿੱਚ ਇਸ ਪਾਰਟੀ ਦਾ ਉੱਘਾ ਰੋਲ ਹੈ। ਇਹ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਜਿਹੜਾ ਇਹਦਾ ਮਹੱਤਵ ਆ, ਗੁਰਦੁਆਰਾ ਸੁਧਾਰ ਲਹਿਰ 'ਚ ਵੀ ਬੜਾ ਵੱਡਾ ਹੱਥ ਹੈ, ਇੱਕ ਕੁਰਬਾਨੀਆਂ ਵਾਲੀ ਪਾਰਟੀ ਹੈ। ਪਰ ਅੱਜ ਦੀਆਂ ਸਥਿਤੀਆਂ 'ਚ ਰਾਜਨੀਤਿਕ ਲੀਡਰਸ਼ਿਪ ਦੇ ਕਾਰਨ ਇਹ ਬਹੁਤ ਵਿਵਾਦ ਦਾ ਜਿਹੜਾ ਉਹ ਕਾਰਨ ਬਣ ਗਈ ਹੈ, ਤਾਂ ਆਪਾਂ ਸਾਰੇ ਦੇਖ ਰਹੇ ਹਾਂ। 10-15 ਸਾਲ ਲਗਾਤਾਰ ਇਸ ਪਾਰਟੀ ਨੇ ਰਾਜ ਕੀਤਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਬਹੁਤ ਸਾਰੀਆਂ ਗਲਤੀਆਂ ਇਸ ਪਾਰਟੀ ਨੇ ਕੀਤੀਆਂ, ਖਾਸ ਕਰਕੇ ਡੇਰਾ ਮੁਖੀ ਨੂੰ ਵੋਟਾਂ ਨੂੰ ਮੁੱਖ ਰੱਖ ਕੇ ਉਹਨੂੰ ਮੁਆਫ਼ ਕਰਾਉਣਾ ਅਤੇ ਜਿਹੜਾ ਡੇਰੇ ਜਾ ਕੇ ਵੋਟਾਂ ਮੰਗਣੀਆਂ, ਅਤੇ ਇਸ ਤੋਂ ਇਲਾਵਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਦੀਆਂ ਘਟਨਾਵਾਂ ਹੋਈਆਂ ਸੀਆਂ ਉਹਦੇ ਨਾਲ ਠੀਕ ਤਰ੍ਹਾਂ ਨਾ ਨਿਪਟ ਸਕਣਾ, ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆ, ਦਿਨ ਰਾਤ ਇਹਨਾਂ ਦੀ ਚਰਚਾ ਹੁੰਦੀ ਹੈ। ਜੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਕਰ ਹੀ ਲਿਆ ਸੀਗਾ ਕਿ ਅਸੀਂ ਮੁਆਫ਼ੀ ਮੰਗਣੀ ਹੈ, ਇਹਨਾਂ ਕਾਰਨਾਂ ਕਰਕੇ ਲੋਕ ਸਭ ਤੋਂ ਦੁਖੀ ਆ ਜਾਂ ਦੂਰ ਜਾ ਰਹੇ ਆ, ਤਾਂ ਉਹਨੂੰ ਪਾਰਟੀ ਦੇ ਅੰਦਰ ਪਹਿਲਾਂ ਆਪਣੀ ਮੀਟਿੰਗ ਕਰਕੇ ਇਹਨਾਂ ਸਾਰੀਆਂ ਗੱਲਾਂ ਦਾ ਅਹਿਸਾਸ ਕਰਨਾ ਚਾਹੀਦਾ ਸੀ, ਕਹਿਣਾ ਚਾਹੀਦਾ ਸੀ ਕਿ ਇਹ ਸਭ ਤੋਂ ਗਲਤੀਆਂ ਹੋਈਆਂ, ਇਹਦੀ ਮਾਫ਼ੀ ਮੰਗਣ ਲਈ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਰਹੇ ਹਾਂ। ਕਿਉਂਕਿ ਇਹ ਜਿਹੜੀਆਂ ਗਲਤੀਆਂ ਇਹਨਾਂ ਵਿੱਚੋਂ ਕੁਝ ਰਾਜਨੀਤਿਕ ਅਤੇ ਪ੍ਰਬੰਧਕੀ ਹੈ, ਕੁਝ ਧਾਰਮਿਕ ਹੈ, ਅਤੇ ਇਸ ਕਰਕੇ ਜਿੱਦਾਂ ਅਕਾਲੀ ਦਲ ਦੀ ਪਰੰਪਰਾ ਜਾਂ ਸਿੱਖ ਰਾਜਨੀਤੀ ਦੀ ਪਰੰਪਰਾ, ਅਕਾਲ ਤਖ਼ਤ 'ਤੇ ਜਾ ਕੇ ਮੁਆਫ਼ੀ ਮੰਗਣਾ, ਜਿਹੜਾ ਆਪਣੀ ਗਲਤੀ ਦਾ ਅਹਿਸਾਸ ਕਰਨਾ, ਹਰਿਮੰਦਰ ਸਾਹਿਬ ਜਾ ਕੇ ਨਤਮਸਤਕ ਹੋਣਾ, ਕੁਛ ਗਲਤ ਨਹੀਂ ਹੈਗਾ। ਪਰ ਗੱਲ ਇਹ ਆ ਕਿ ਇਹ ਜਿਨ੍ਹਾਂ ਗੱਲਾਂ ਦੀ ਮਾਫ਼ੀ ਮੰਗੀ ਗਈ ਆ ਉਹਨਾਂ ਬਾਰੇ ਲੋਕਾਂ ਨੂੰ ਅਕਾਲੀ ਦਲ ਵੱਲੋਂ ਜ਼ਰੂਰਤ ਨਾਲ ਜਾਣਕਾਰੀ ਦੇਣੀ ਚਾਹੀਦੀ ਸੀ। ਇੱਕ ਐਡੀ ਵੱਡੀ ਪੁਰਾਣੀ ਪਾਰਟੀ ਹੈ ਜਿਹਨੇ ਵੱਡੇ ਵੱਡੇ ਸੰਘਰਸ਼ ਲੜੇ ਆ, ਅਤੇ ਉਹ ਪਾਰਟੀ ਨੂੰ ਜੇ ਕੁਝ ਗਲਤੀਆਂ ਹੋਈਆਂ ਉਹਦੇ ਲੀਡਰਾਂ ਨੂੰ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ, ਦੁਬਿਧਾ 'ਚ ਰਹਿਣ ਦੀ ਲੋੜ ਨਹੀਂ ਹੈਗੀ ਸਪੱਸ਼ਟ ਤੌਰ 'ਤੇ, ਕਿਉਂਕਿ ਮਨੁੱਖ ਆ, ਗਲਤੀਆਂ ਕਰਦਾ ਜਾਣੇ 'ਚ ਵੀ ਅਣਜਾਣੇ 'ਚ ਵੀ। ਸਪੱਸ਼ਟ ਤੌਰ 'ਤੇ ਪਾਰਟੀ ਨੂੰ ਉਹਨਾਂ ਗਲਤੀਆਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਸੀ, ਲੋਕਾਂ ਅੱਗੇ ਉਹ ਰੱਖਣੀਆਂ ਚਾਹੀਦੀਆਂ ਸੀਆਂ, ਲੋਕਾਂ ਤੋਂ ਵੀ ਮਾਫ਼ੀ ਮੰਗਣੀ ਚਾਹੀਦੀ ਸੀ, ਅਤੇ ਜਾ ਕੇ ਧਾਰਮਿਕ ਪੱਖ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਮਾਫ਼ੀ ਮੰਗਣੀ ਚਾਹੀਦੀ ਸੀ। ਹੁਣ ਅਕਾਲੀ ਦਲ ਨੇ ਬਹੁਤ ਦੇਰੀ ਨਾਲ, ਹਾਲਾਂਕਿ ਇਹ ਕੰਮ ਜਦੋਂ ਵਿਧਾਨ ਸਭਾ ਦੀਆਂ ਚੋਣਾਂ 'ਚ ਪਾਰਟੀ ਦੀ ਹਾਰ ਹੋਈ ਸੀ, ਉਸੇ ਵੇਲੇ ਹੀ ਪਾਰਟੀ ਦੇ ਅੰਦਰ ਇਹਦਾ ਵਿਸ਼ਲੇਸ਼ਣ ਹੋਣਾ ਚਾਹੀਦਾ ਸੀ ਕਿ ਪਾਰਟੀ ਕਿਹਨਾਂ ਕਿਹਨਾਂ ਕਾਰਨਾਂ ਕਰਕੇ ਹਾਰੀ ਹੈ, ਔਰ ਜਿਹੜਿਆਂ ਸਿੱਟਿਆਂ 'ਤੇ ਪਾਰਟੀ ਦੀ ਹਾਈਕਮਾਂਡ ਪਹੁੰਚਦੀ ਉਦੋਂ ਹੀ ਲੋਕਾਂ 'ਤੇ ਮਾਫ਼ੀ ਮੰਗਦੇ। ਜੇ ਉੱਥੇ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾਣਾ ਸੀ ਉਹ ਵੀ ਉਸੇ ਵੇਲੇ ਚਲੇ ਜਾਂਦੇ। ਚਲੋ 1.5 ਸਾਲ ਦੇ ਵਕਫੇ ਤੋਂ ਬਾਅਦ ਜੇ ਪਾਰਟੀ ਨੂੰ ਇਹ ਅਹਿਸਾਸ ਹੋ ਗਿਆ ਕਿ ਸਾਡੇ ਤੋਂ ਗਲਤੀਆਂ ਹੋਈਆਂ ਅਤੇ ਲੋਕ ਇਸ ਕਰਕੇ ਸਾਡੇ ਤੋਂ ਨਾਰਾਜ਼ ਹੈ, ਤਾਂ ਉਹ ਜਿਹੜਾ ਸਪੱਸ਼ਟ ਰੂਪ 'ਚ ਜਿਹੜਾ ਉਹਨਾਂ ਦਾ ਐਲਾਨ ਕਰਕੇ ਕਿਹਾ ਹੈ ਸਾਡੇ ਤੋਂ ਗਲਤੀਆਂ ਹੋਈਆਂ, ਇਹ ਸਪੱਸ਼ਟ ਰੂਪ 'ਚ ਐਲਾਨ ਕਰਕੇ ਉੱਥੇ ਜਾਣਾ ਚਾਹੀਦਾ ਸੀ। ਹੁਣ ਮਾਫ਼ੀ ਵੀ ਮੰਗ ਲਈ ਹੈ, ਵਿਰੋਧੀ ਪਾਰਟੀਆਂ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਦੀ ਖਿੱਲੀ ਉਡਾਉਣ ਦਾ ਮੌਕਾ ਵੀ ਮਿਲ ਗਿਆ, ਅਤੇ ਹੋ ਸਕਦਾ ਇੰਨਾ ਅਕਾਲੀ ਦਲ ਨੂੰ ਧਾਰਮਿਕ ਅਤੇ ਰਾਜਨੀਤਿਕ ਤੌਰ 'ਤੇ ਫਾਇਦਾ ਨਾ ਹੋਵੇ ਜਿੰਨਾ ਉਹ ਸੋਚਦੇ ਸੀ ਕਿ ਉੱਥੇ ਹਰਿਮੰਦਰ ਸਾਹਿਬ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਸਾਨੂੰ ਫਾਇਦਾ ਹੋ ਸਕਦਾ। ਇਹ ਅਜੇ ਸਮਾਂ ਦੱਸੂਗਾ ਕਿ ਪੰਜਾਬ ਦੇ ਲੋਕ, ਸਿੱਖ ਸੰਗਤ ਹੈ ਜਿਹੜੀ ਅਕਾਲੀ ਦਲ ਵੱਲੋਂ ਮੰਗੀ ਗਈ ਮੁਆਫ਼ੀ ਨੂੰ ਸਵੀਕਾਰ ਕਰਦੀ ਆ ਜਾਂ ਨਹੀਂ ਕਰਦੀ, ਇਹ ਸਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਜੀ। ਅਤੇ ਮਾਣਕ ਸਾਹਿਬ, ਜੇਕਰ ਅਸੀਂ ਗੱਲ ਕਰੀਏ ਇਨਸਾਫ ਮੋਰਚੇ ਦੀ, 192-93 ਦਿਨ ਇਹ ਮੋਰਚਾ ਚੱਲਿਆ ਪਰ ਉਹਦਾ ਸਿੱਟਾ ਕੋਈ ਨਹੀਂ ਨਿਕਲਿਆ।
ਨਾ ਤਾਂ ਹਾਲੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਮੁਕੰਮਲ ਫੈਸਲਾ ਹੋਇਆ, ਨਾ ਹੀ ਹਾਲੇ ਤੱਕ ਮੁਕੰਮਲ ਤੌਰ ਦੇ ਉੱਤੇ ਬੇਅਦਬੀ ਕਾਂਡ ਦੇ ਦੋਸ਼ੀ ਫੜੇ, ਨਾ ਹੀ ਅਣਪਛਾਤੇ ਪੁਲਿਸ ਕਰਮਚਾਰੀਆਂ ਦੇ ਉੱਤੇ ਪਰਚੇ ਦਰਜ ਹੋਏ, ਤਾਂ ਫਿਰ ਇਸ ਮੋਰਚੇ ਦੀ ਤੁੱਕ ਕੀ ਬਣਦੀ ਸੀ? ਟੈਣਾ ਜੀ, ਗੱਲ ਇਹ ਹੈ ਕਿ ਇਹਦੇ ਵਿੱਚੋਂ ਚਾਹੇ ਠੋਸ ਸਿੱਟਾ ਨਹੀਂ ਨਿਕਲਿਆ, ਪਰ ਜਿਹੜੇ ਕੈਦੀ ਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਸੀ ਕੈਦੀਆਂ ਦੀਆਂ, ਉਹਨਾਂ ਦਾ ਮਸਲਾ ਇਹ ਉਭਾਰਨ 'ਚ ਇਹ ਮੋਰਚਾ ਸਫਲ ਹੋਇਆ, ਔਰ ਕੁਝ ਕੇਸਾਂ 'ਚ ਪੁਲਿਸ ਨੇ ਜਿਹੜਾ ਨਜ਼ਰਬੰਦਾਂ ਨੂੰ ਛੱਡਣ ਦੇ ਇਹ ਫੈਸਲੇ ਵੀ ਕੀਤੇ ਆ, ਕੁਝ ਇੱਕ ਨੂੰ ਜਿਹੜਾ ਦੂਜੇ ਰਾਜਾਂ ਦੇ ਵਿੱਚ ਸੀਗੇ ਉਹਨਾਂ ਨੂੰ ਪੰਜਾਬ ਬਦਲਣ ਦਾ ਫੈਸਲਾ ਵੀ ਹੋਇਆ। ਇਸ ਤੋਂ ਇਲਾਵਾ ਜਿਹੜਾ ਬਰਗਾੜੀ ਕਾਂਡ ਹੈ ਜਾਂ ਬਹਿਬਲ ਕਲਾਂ ਦਾ ਮਸਲਾ ਜਾਂ ਕੋਟਕਪੂਰੇ 'ਚ ਜਿਹੜੀ ਫਾਇਰਿੰਗ ਹੋਈ ਹੈ, ਉਹ ਮੁੱਦਾ ਵੀ ਜਿਹੜਾ ਇਸ ਮੋਰਚੇ ਕਰਕੇ ਕਾਨੂੰਨੀ ਪ੍ਰਕਿਰਿਆ ਉੱਤੇ ਤੇਜ਼ ਹੋਈ ਹੈ। ਭਾਵੇਂ ਜਿਹੜੀਆਂ 13 ਬਰਗਾੜੀ ਮੋਰਚਾ ਲਾ ਕੇ ਬੈਠੀਆਂ ਸੀਗੀਆਂ ਉਹਨਾਂ ਦਾ ਸਿੱਧਾ ਮੰਤਵ ਤਾਂ ਇਹ ਸੀ ਕਿ ਅਕਾਲੀ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾਏ, ਜਿਹੜੀ ਬੇਅਦਬੀ ਹੋਈ ਹੈ ਇਹਦੀ ਸਾਰੀ ਜ਼ਿੰਮੇਵਾਰੀ ਅਕਾਲੀ ਲੀਡਰਾਂ ਦੇ ਉੱਤੇ ਪਾਈ ਜਾਵੇ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੇਸ ਚਲਾਏ ਜਾਣ, ਜਿਹੜੇ ਦੋਸ਼ੀ ਪੁਲਿਸ ਵਾਲੇ ਆ ਉਹਨਾਂ 'ਤੇ ਕੇਸ ਚਲਾਏ ਜਾਣ। ਜਿਹੜੀ ਪੰਜਾਬ ਦੀ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣਾਈ ਹੈ ਉਹਨੇ ਪੁਲਿਸ ਵਾਲਿਆਂ ਦੇ ਖਿਲਾਫ਼ ਕੇਸ ਤਾਂ ਦਰਜ ਕੀਤੇ, ਉਹ ਵੱਖਰੀ ਗੱਲ ਹੈ ਕਿ ਉਹ ਹਾਈ ਕੋਰਟ 'ਚ ਚਲ ਗਿਆ ਅਤੇ ਉਹ ਉੱਥੇ ਹੁਣ ਚਾਰਾਜੋਈ ਹੋ ਰਹੀ ਹੈ, ਉਹ ਜਿਹੜੇ ਪੁਲਿਸ ਵਾਲੇ ਉਹ ਆਪਣਾ ਪੱਖ ਰੱਖ ਰਹੇ ਆ, ਪੰਜਾਬ ਸਰਕਾਰ ਆਪਣਾ ਪੱਖ ਰੱਖ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਏਗਾ ਕਿ ਇਹਦੇ 'ਚ ਹਾਈ ਕੋਰਟ ਕੀ ਰੋਲ ਅਦਾ ਕਰਦਾ। ਜੇ ਹਾਈ ਕੋਰਟ ਨੇ ਇਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਤਾਂ ਸੰਭਵ ਹੈ ਪੁਲਿਸ ਦੇ ਅਧਿਕਾਰੀ ਜਿਹੜੇ ਉਸ ਘਟਨਾਕ੍ਰਮ ਨਾਲ ਸੰਬੰਧਿਤ ਰਹੇ ਆ ਉਹਨਾਂ 'ਤੇ ਕੋਈ ਕਾਰਵਾਈ ਹੋਵੇ। ਬਾਕੀ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣੀ ਆ ਉਹਨੇ ਸੁਖਵੀਰ ਸਿੰਘ ਬਾਦਲ ਦੇ ਬਿਆਨ ਵੀ ਲਏ ਆ, ਪ੍ਰਕਾਸ਼ ਸਿੰਘ ਬਾਦਲ ਦੇ ਵੀ ਲਏ ਆ, ਉਹਨਾਂ ਦੀ ਜਾਂਚ ਵਿੱਚੋਂ ਅੱਗੇ ਜੇ ਕੋਈ ਠੋਸ ਸਬੂਤ ਅਕਾਲੀ ਲੀਡਰਾਂ ਦੇ ਬਾਰੇ 'ਚ ਸਾਹਮਣੇ ਆਏ ਤਾਂ ਉਹਨਾਂ 'ਤੇ ਕਾਰਵਾਈ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਪਰ ਇਹ ਤਾਂ ਅਜੇ ਭਵਿੱਖ ਦੀ ਗੱਲ ਹੈ, ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਠੋਸ ਰੂਪ 'ਚ ਕੋਈ ਦਿਖਾਉਣ ਲਈ ਮੋਰਚੇ ਕੋਲ ਇਸ ਤਰ੍ਹਾਂ ਦੀ ਕੋਈ ਪ੍ਰਾਪਤੀ ਨਹੀਂ ਹੈ, ਪਰ ਇਹਨਾਂ ਸਾਰੀਆਂ ਜਿਹੜੀਆਂ ਪਿਛਲੇ ਸਮੇਂ 'ਚ ਹੈ ਸਾਰੇ ਜਿਹੜੇ ਪੁਲਿਸ ਨੂੰ ਜਿਹੜਾ ਪੰਜਾਬ ਸਰਕਾਰ ਨੂੰ ਮਜਬੂਰ ਹੋ ਕੇ ਕਦਮ ਚੁੱਕਣੇ ਪਏ ਆ, ਇਹਨਾਂ ਸਾਰਿਆਂ ਦੇ ਪਿੱਛੇ ਮੋਰਚੇ ਦਾ ਦਬਾਅ ਜ਼ਰੂਰ ਕੰਮ ਕਰਦਾ ਰਿਹਾ। ਬਾਕੀ ਮੋਰਚੇ ਦੇ ਵਿੱਚ ਜਿਹੜੀਆਂ ਧਿਰਾਂ ਸ਼ਾਮਲ ਹੈ ਉਹ ਹੁਣ ਇਹਨੂੰ ਹੋਰ ਜ਼ਿਆਦਾ ਲਮਕਾ ਨਹੀਂ ਸਕਦੀਆਂ ਸੀ। ਕੋਈ ਚੀਜ਼ ਜਦੋਂ ਬਹੁਤ ਜ਼ਿਆਦਾ ਲਮਕ ਜਾਂਦੀ ਆ ਉਹ ਹੌਲੀ ਹੌਲੀ ਉਹਦਾ ਪ੍ਰਭਾਵ ਘਟਣਾ ਸ਼ੁਰੂ ਹੋ ਜਾਂਦਾ। ਇਸ ਮੋਰਚੇ ਦੌਰਾਨ ਵੀ ਕਈ ਵਾਰ ਉਹਨਾਂ ਨੂੰ ਬਹੁਤ ਜ਼ਿਆਦਾ ਸਮਰਥਨ ਲੋਕਾਂ ਦਾ ਮਿਲਦਾ ਨਜ਼ਰ ਆਇਆ, ਕਈ ਵਾਰ ਉੱਥੇ ਜਿਹੜੀ ਲੋਕ ਘੱਟ ਜਾਣੇ ਵੀ ਸ਼ੁਰੂ ਹੋ ਗਏ ਅਤੇ ਜਿੰਨਾ ਇਹ ਖਿੱਚਿਆ ਗਿਆ ਇਹ ਜ਼ਿਆਦਾ ਚੱਲ ਨਹੀਂ ਸਕਦਾ ਸੀ। ਹੋਰ ਮੋਰਚੇ ਦੀ ਕੋਈ ਵੱਡੀ ਪ੍ਰਾਪਤੀ ਹੋਵੇ ਜਾਂ ਨਾ ਹੋਵੇ, ਪਰ ਅਕਾਲੀ ਦਲ ਬਾਦਲ ਨੂੰ ਬਦਨਾਮ ਕਰਨ ਦੇ ਮਾਮਲੇ 'ਚ ਇਹਨੇ ਬੜਾ ਜਿਹੜਾ ਉਹ ਪ੍ਰਭਾਵ ਪਾਇਆ, ਅਕਾਲੀ ਦਲ ਦੀ ਹਾਲਤ ਰਾਜਨੀਤਿਕ ਧਾਰਮਿਕ ਤੌਰ 'ਤੇ ਇਹਨੇ ਪਤਲੀ ਕੀਤੀ ਹੈ ਅਤੇ ਇਹਦਾ ਲਾਭ ਜਿਹੜਾ ਆ ਉਹ ਕਾਂਗਰਸ ਨੇ ਵੀ ਖੂਬ ਉਠਾਇਆ ਇਸ ਮੋਰਚੇ ਦਾ। ਇਸ ਮੋਰਚੇ ਦੇ ਦਬਾਅ ਹੇਠ ਕਹਿ ਲਓ ਜਾਂ ਅਕਾਲੀ ਦਲ ਨੂੰ ਇਹ ਜਿਹੜੀਆਂ ਉਹਨੇ ਭੁੱਲਾਂ ਕੀਤੀਆਂ ਗਲਤੀਆਂ ਕੀਤੀਆਂ ਉਹਦੇ ਆਧਾਰ 'ਤੇ ਹਾਸ਼ੀਏ 'ਤੇ ਧੱਕਣ ਲਈ ਇਹਦਾ ਜਿੱਥੇ ਮੋਰਚੇ ਵਾਲਿਆਂ ਨੇ ਫਾਇਦਾ ਉਠਾਇਆ ਉੱਥੇ ਕਾਂਗਰਸ ਨੇ ਵੀ ਧਾਰਮਿਕ ਅਤੇ ਰਾਜਨੀਤਿਕ ਤੌਰ 'ਤੇ ਫਾਇਦਾ ਉਠਾਇਆ। ਸਮੁੱਚੇ ਤੌਰ 'ਤੇ ਇਸ ਮੋਰਚੇ ਦਾ ਸਭ ਤੋਂ ਵੱਧ ਨੁਕਸਾਨ ਜੇ ਕਿਸੇ ਨੂੰ ਹੋਇਆ ਅਤੇ ਉਹ ਅਕਾਲੀ ਦਲ ਬਾਦਲ ਨੂੰ ਹੋਇਆ। ਮਾਨਕ ਸਾਹਿਬ, ਇਸ ਮੋਰਚੇ ਦੇ ਸਮਾਪਨ ਵਾਲੇ ਦਿਨ ਜਦੋਂ ਕਾਂਗਰਸ ਦੇ ਮੰਤਰੀਆਂ ਨੇ ਕਿਹਾ ਵੀ ਇੱਕ ਅਸੀਂ ਹੋਰ ਕਮਾਲ ਦੀ ਗੱਲ ਕਰਨ ਲੱਗੇ ਹਾਂ, ਬਰਗਾੜੀ ਦਾ ਨਾਂ ਸੀ ਬਰਗਾੜੀ ਸਾਹਿਬ ਰੱਖਤਾ, ਇਹਦੇ ਨਾਲ ਕੀ ਫਰਕ ਪੈਂਦਾ ਜੀ? ਰਹਿਣਾ ਜੀ, ਇਹਦੇ ਨਾਲ ਤਾਂ ਕੋਈ ਖਾਸ ਫਰਕ ਨਹੀਂ ਪੈਣਾ ਹੈਗਾ। ਜਿਹੜੇ ਅਸੀਂ ਦੇਖਦੇ ਹਾਂ ਕਿ ਲੋਕਾਂ ਨੂੰ ਕਿਸੇ ਨਾ ਕਿਸੇ ਪੱਧਰ 'ਤੇ ਸੰਤੁਸ਼ਟ ਕਰਨ ਲਈ ਜਾਂ ਲੋਕਾਂ ਦਾ ਮੁੱਖ ਮਸਲਿਆਂ ਤੋਂ ਧਿਆਨ ਲਾਂਭੇ ਕਰਨ ਲਈ ਜਿਹੜਾ ਕੇਂਦਰੀ ਸਰਕਾਰ ਵੀ ਬਹੁਤ ਕੁਝ ਕਰ ਰਹੀ ਹੈ ਅਤੇ ਇਸੇ ਤਰ੍ਹਾਂ ਜਿਹੜੀ ਰਾਜ ਦੀ ਸਰਕਾਰ ਨੇ ਵੀ ਇਸੇ ਤਰ੍ਹਾਂ ਦਾ ਇੱਕ ਐਲਾਨ ਕਰ ਦਿੱਤਾ, ਇਹਦੇ ਨਾਲ ਕੋਈ ਜ਼ਿਆਦਾ ਫਰਕ ਪੈਣ ਦੀ ਸੰਭਾਵਨਾ ਨਹੀਂ ਹੈ ਜੀ। ਮਾਨਕ ਸਾਹਿਬ, ਜੋ ਕਰਤਾਰਪੁਰ ਦੇ ਲਾਂਘੇ ਦੇ ਮੁਤਲਕ ਚੰਗੀਆਂ ਖਬਰਾਂ ਆਈਆਂ ਜਿਹਦਾ ਸਭ ਨੇ ਸਵਾਗਤ ਕੀਤਾ, ਉਸ ਲਾਂਘੇ ਦੇ ਉੱਤੇ ਹੀ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਵਾਲੀਆ ਨਿਸ਼ਾਨ ਲਗਾ ਦਿੱਤਾ ਗਿਆ ਕਿ ਕਰਤਾਰਪੁਰ ਦਾ ਲਾਂਘਾ ਖੋਲ੍ਹਣਾ ਪਾਕਿਸਤਾਨੀ ਫੌਜ ਦੀ ਵੱਡੀ ਸਾਜਿਸ਼ ਹੈ। ਕਿਹੜੀ ਸਾਜਿਸ਼ ਹੈ ਅਤੇ ਕੀ ਮੰਨਦੇ ਹੋ ਕੈਪਟਨ ਅਮਰਿੰਦਰ ਹੋਰਾਂ ਦੇ ਬਿਆਨ ਬਾਰੇ? ਕਹਿਣਾ ਜੀ, ਮੈਂ ਤਾਂ ਮਹਿਸੂਸ ਕਰਦਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਕੇਂਦਰੀ ਏਜੰਸੀਆਂ ਦੇ ਜ਼ਿਆਦਾ ਪ੍ਰਭਾਵ ਹੇਠ ਹੈ, ਉਹ ਪੰਜਾਬ ਦੇ ਹਿੱਤ ਉਹਨਾਂ ਨੂੰ ਘੱਟ ਨਜ਼ਰ ਆਉਂਦੇ ਆ। ਕਿਸੇ ਨਾ ਕਿਸੇ ਪੱਧਰ 'ਤੇ ਜਿਹੜੀਆਂ ਕੇਂਦਰੀ ਏਜੰਸੀਆਂ ਉਹ ਆਪਣਾ ਕੰਮ ਕਾਰ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੋਂ ਕਰਵਾਈ ਜਾ ਰਹੀਆਂ। ਇੱਕ ਪਾਸੇ ਤਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਅਤੇ ਉਸਦੇ ਮੰਤਰੀ ਮੰਡਲ ਨੇ ਕਰਤਾਰਪੁਰ ਦੇ ਲਾਂਘੇ ਦੇ ਉੱਤੇ ਮੋਹਰ ਲਾਤੀ ਹੈ, ਇਹਨੂੰ ਪਾਸ ਕਰਤਾ ਕਿ ਭਾਰਤ ਸਰਕਾਰ ਇਹਦੇ ਲਈ ਤਿਆਰ ਹੈ। ਦੂਜੇ ਪਾਸੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਜਿਹੜੇ ਉਹ ਇਹਨੂੰ ਸਾਬੋਤਾਜ ਕਰੀ ਜਾਂਦੇ ਆ। ਕੱਲ੍ਹ ਤਾਂ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸਪਸ਼ਟ ਰੂਪ 'ਚ ਇਹਨੂੰ ਸਾਬੋਤਾਜ ਕਰਨ ਵਾਲੀ ਗੱਲ ਹੈ। ਟੈਣਾ ਜੀ, ਜਿਹੜੀ ਦੇਖਣ ਵਾਲੀ ਇਹ ਗੱਲ ਹੈ ਕਿ ਪਾਕਿਸਤਾਨ ਦੀ ਰਾਜਨੀਤੀ ਵਿੱਚ, ਪਾਕਿਸਤਾਨ ਦੀ ਫੌਜੀ ਸਥਾਪਤੀ ਦੇ ਵਿੱਚ ਜਿਹੜੀ ਥੋੜ੍ਹੀ ਬਹੁਤੀ ਤਬਦੀਲੀ ਆਈ ਹੈ ਹਿੰਦੁਸਤਾਨ ਪ੍ਰਤੀ, ਇਹਨੂੰ ਸਮਝਣ 'ਚ ਜਾਂ ਤਾਂ ਸਾਡੀਆਂ ਕੇਂਦਰੀ ਏਜੰਸੀਆਂ ਅਤੇ ਕੇਂਦਰੀ ਸਰਕਾਰ
ਜਾਣ ਬੁੱਝ ਕੇ ਇਹਨੂੰ ਸਮਝਣ ਲਈ ਤਿਆਰ ਨਹੀਂ ਹੈਗੀਆਂ, ਜਾਂ ਫਿਰ ਲੋਕ ਸਭਾ ਦੀਆਂ ਜਿਹੜੀਆਂ ਅੱਗੇ ਚੋਣਾਂ ਆ ਰਹੀਆਂ ਉਹਦੇ ਵਿੱਚ ਪਾਕਿਸਤਾਨ ਦਾ ਪੱਤਾ ਵਰਤਣ ਲਈ, ਪਾਕਿਸਤਾਨ ਦੇ ਖਿਲਾਫ ਪ੍ਰਚਾਰ ਕਰਕੇ ਵੋਟਾਂ ਲੈਣ ਲਈ ਇਸ ਪ੍ਰੋਜੈਕਟ ਨੂੰ ਜਾਣ ਬੁੱਝ ਕੇ ਜਿਹੜਾ ਉਹ ਸਾਬੋਤਾਜ ਕੀਤਾ ਜਾ ਰਿਹਾ, ਕੋਈ ਨਾ ਕੋਈ ਗੱਲ ਇਹਦੇ ਪਿੱਛੇ ਹੈਗੀ ਹੈ। ਬਾਕੀ ਲੰਮੇ ਸਮੇਂ ਤੋਂ ਟਹਿਣਾ ਜੀ ਭਾਰਤ ਪਾਕਿਸਤਾਨ ਸੰਬੰਧਾਂ ਨਾਲ ਇੱਕ ਪੱਤਰਕਾਰ ਦੇ ਤੌਰ 'ਤੇ ਮੈਂ ਜੁੜਿਆ ਰਿਹਾ, ਉੱਥੇ ਕੀ ਕੁਝ ਹੋ ਰਿਹਾ ਉੱਤੇ ਵੀ ਥੋੜ੍ਹਾ ਧਿਆਨ ਰੱਖੀਦਾ। ਮੈਂ ਮਹਿਸੂਸ ਕਰਦਾ ਟਹਿਣਾ ਜੀ ਕਿ ਪਾਕਿਸਤਾਨ ਦੀ ਜਿਹੜੀ ਭਾਰਤ ਪ੍ਰਤੀ ਨੀਤੀ ਆ ਉਹ ਭਾਵੇਂ ਜਿਹੜੀ ਆ ਪ੍ਰੋਕਸੀ ਵਾਰ ਜਿਹਨੂੰ ਅਸੀਂ ਸਿੱਧੀ ਜੰਗ ਕਹਿੰਦੇ ਹਾਂ, ਜੰਮੂ ਕਸ਼ਮੀਰ ਜਾਂ ਦੇਸ਼ ਦੇ ਹੋਰ ਹਿੱਸਿਆਂ 'ਚ ਜਿੱਥੇ ਵੀ ਉਹਨਾਂ ਦਾ ਦਾਅ ਲੱਗਦਾ ਭੰਨ ਤੋੜ ਕਰਨ ਦਾ, ਉਹ ਕਰਵਾਉਂਦੇ ਆ ਕਰਦੇ ਆ, ਉਹਦੇ ਵਿੱਚ ਹਜੇ ਬਹੁਤ ਵੱਡੀ ਤਬਦੀਲੀ ਨਹੀਂ ਆਈ ਕਿ ਉਹ ਉਹਨਾਂ ਨੇ ਆਪਰੇਸ਼ਨ ਬੰਦ ਕਰ ਦਿੱਤੇ ਹੋਣ, ਪਰ ਨਾਲ ਨਾਲ ਪਾਕਿਸਤਾਨ ਦੀ ਫੌਜੀ ਸਥਾਪਤੀ 'ਚ, ਪਾਕਿਸਤਾਨ ਦੀ ਨਵੀਂ ਚੁਣੀ ਆ ਜਿਹੜੀ ਇਮਰਾਨ ਖਾਨ ਦੀ ਸਰਕਾਰ 'ਚ, ਇਹਨਾਂ 'ਚ ਇੱਕ ਸਮਝ ਵੱਧ ਰਹੀ ਆ ਕਿ ਭਾਰਤ ਅਤੇ ਹੋਰ ਜਿਹੜੇ ਸਾਡੇ ਗੁਆਂਢੀ ਦੇਸ਼ ਆ ਉਹਨਾਂ ਨਾਲ ਸਾਨੂੰ ਸੰਬੰਧ ਸੁਧਾਰਨੇ ਚਾਹੀਦੇ ਆ, ਕਿਉਂਕਿ ਪਾਕਿਸਤਾਨ ਆਰਥਿਕ ਤੌਰ 'ਤੇ ਬਹੁਤ ਕਮਜ਼ੋਰ ਹੋ ਗਿਆ। ਪਾਕਿਸਤਾਨ ਹੁਣ ਜਿਹੜੀ ਸਿੱਧੀ ਜੰਗ ਆ ਉਹ ਜਿਹੜੀ ਉਹਨੇ ਅਫਗਾਨਿਸਤਾਨ ਦੇ ਖਿਲਾਫ ਸ਼ੁਰੂ ਕੀਤੀ ਹੋਈ ਆ, ਭਾਰਤ ਦੇ ਖਿਲਾਫ ਸ਼ੁਰੂ ਕੀਤੀ ਹੋਈ, ਉਹਦਾ ਭਾਰ ਜਿਹੜਾ ਆਰਥਿਕ ਤੌਰ 'ਤੇ ਪਾਕਿਸਤਾਨ ਤੋਂ ਹੁਣ ਨਹੀਂ ਚੁੱਕ ਹੋ ਰਿਹਾ। ਅਤੇ ਦੂਜੇ ਪਾਸੇ ਚੀਨ ਨੇ ਜਿਹੜਾ $60 ਬਿਲੀਅਨ ਦਾ ਪੂੰਜੀ ਨਿਵੇਸ਼ ਕੀਤਾ, ਉੱਥੇ ਉਹਨੇ ਖੇਤੀ ਫਾਰਮ ਬਣਾ ਰਿਹਾ, ਸਨਅਤੀ ਜਿਹੜੇ ਆ ਫੋਕਲ ਪੁਆਇੰਟ ਬਣਾ ਰਿਹਾ, ਉਹ ਚੀਨ ਦਾ ਵੀ ਪਾਕਿਸਤਾਨ 'ਤੇ ਜ਼ੋਰ ਇਹ ਪੈ ਰਿਹਾ ਕਿ ਆਪਣੇ ਗੁਆਂਢੀਆਂ ਨਾਲ ਸੰਬੰਧ ਸੁਧਾਰੋ ਤਾਂ ਕਿ ਇੱਥੇ ਜਿਹੜਾ ਕੰਮ ਕਾਜ ਦਾ ਸੱਭਿਆਚਾਰ ਆ ਉਹ ਪੈਦਾ ਹੋਵੇ। ਇਹ ਜਿਹੜਾ ਜੇ ਚੀਨ ਨੇ ਜਿੰਨਾ ਇੰਨਾ ਨਿਵੇਸ਼ ਕੀਤਾ, ਜੇ ਉੱਥੇ ਕਾਰਖਾਨੇ ਚੱਲਣਗੇ, ਕੰਮ ਕਾਰ ਹੋਊਗਾ, ਕੋਈ ਚੀਜ਼ਾਂ ਬਣ ਗਈਆਂ ਤਾਂ ਉਹ ਆਲੇ ਦੁਆਲੇ ਦੇ ਗੁਆਂਢੀ ਦੇਸ਼ਾਂ ਸਮੇਤ ਪੂਰੀ ਦੁਨੀਆ 'ਚ ਵੇਚਣੀਆਂ ਵੀ ਹੈ। ਅਤੇ ਜੇ ਪਾਕਿਸਤਾਨ ਜਿਹੜਾ ਬਦਨਾਮ ਰਹਿੰਦਾ ਇਹ ਲੋਕਾਂ ਸਾਰੇ ਦੇਸ਼ਾਂ 'ਚ ਜਿੱਦਾਂ ਹੁਣ ਅਲੱਗ ਥਲੱਗ ਹੋ ਚੁੱਕਾ, ਇਸੇ ਤਰ੍ਹਾਂ ਅਲੱਗ ਥਲੱਗ ਰਹਿੰਦਾ, ਲੋਕ ਇਹ ਸਮਝਦੇ ਆ ਕਿ ਪਾਕਿਸਤਾਨ ਅੱਤਵਾਦੀਆਂ ਦਾ ਗੜ੍ਹ ਹੈ, ਅਤੇ ਫਿਰ ਨਾ ਉੱਥੇ ਕੋਈ ਸਨਅਤੀ ਉਤਪਾਦਨ ਹੋਊਗਾ ਅਤੇ ਨਾ ਹੀ ਜਿਹੜਾ ਉੱਥੋਂ ਤਿਆਰ ਕੀਤਾ ਸਨਅਤੀ ਉਤਪਾਦਨ ਕਿਤੇ ਵਿਕ ਸਕੂਗਾ। ਸੋ ਇਹ ਜਿਹੜੀਆਂ ਤਬਦੀਲੀਆਂ ਆਈਆਂ ਪਾਕਿਸਤਾਨ ਦੇ ਅੰਦਰ, ਇਹਨੂੰ ਮੁੱਖ ਰੱਖ ਕੇ ਪਾਕਿਸਤਾਨ ਹੁਣ ਵਾਕਈ ਭਾਰਤ ਨਾਲ ਜਿਹੜਾ ਆਪਣਾ ਤਣਾਅ ਟਕਰਾਅ ਘਟਾਉਣਾ ਚਾਹੀਦਾ। ਲੋੜ ਤਾਂ ਇਹ ਗੱਲ ਸੀ ਕਿ ਕੇਂਦਰੀ ਸਰਕਾਰ ਇਮਰਾਨ ਖਾਨ ਦੀ ਸਰਕਾਰ ਬਣਨ ਤੋਂ ਬਾਅਦ ਫੌਰੀ ਤੌਰ 'ਤੇ ਇਹਦੇ ਪ੍ਰਤੀ ਹਾਂ ਪੱਖੀ ਰੁੱਖ ਅਖਤਿਆਰ ਕਰਕੇ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ, ਪਰ ਕਿਉਂਕਿ ਸਾਡੇ ਚੋਣਾਂ ਹੋ ਰਹੀਆਂ, ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਆ ਇੱਥੇ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ, ਹਜੇ ਕੋਈ ਗੱਲਬਾਤ ਕਰਨਾ ਨਹੀਂ ਚਾਹੁੰਦੀ। ਰਾਜਨੀਤਿਕ ਤੌਰ 'ਤੇ ਵੀ ਚੋਣਾਂ 'ਚ ਉਹਨੇ ਪਾਕਿਸਤਾਨ ਦਾ ਪੱਤਾ ਵਰਤਣਾ, ਜਿਹੜਾ ਮੰਦਰ ਦਾ ਮੁੱਦਾ ਵੀ ਵਾਰਨਾ ਅਤੇ ਪਾਕਿਸਤਾਨ ਦਾ ਪੱਤਾ ਵੀ ਵਰਤਣਾ, ਇਸ ਕਰਕੇ ਉਹ ਆਪਣੇ ਬਦਲ ਜਿਹੜੇ ਆ ਸੀਮਤ ਨਹੀਂ ਕਰਨਾ ਚਾਹੁੰਦੀ ਭਾਜਪਾ। ਇਸ ਕਰਕੇ ਮਸਲਾ ਕਿਸੇ ਕੰਢੇ ਨਹੀਂ ਲੱਗ ਰਿਹਾ, ਪਰ ਪੰਜਾਬ ਦੇ ਹਿੱਤ ਇਹ ਮੰਗ ਕਰਦੇ ਆ, ਸਿੱਖ ਭਾਈਚਾਰੇ ਦੇ ਹਿੱਤ ਇਹ ਮੰਗ ਕਰਦੇ ਆ ਕਿ ਇਹਨੂੰ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਘਟੀਆ ਰਾਜਨੀਤੀ ਹੈ ਜਿਹੜੀ ਕਿ ਭਾਜਪਾ ਅਤੇ ਹੋਰ ਸੰਗਠਨ ਆਪਣੇ ਰਾਜਨੀਤਿਕ ਹਿੱਤਾਂ ਲਈ ਕਰ ਰਹੇ ਆ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ। ਕੇਂਦਰ ਸਰਕਾਰ ਨੂੰ ਇਹਨੂੰ ਸਾਬੋਤਾਜ ਕਰਕੇ ਕੋਈ ਫਾਇਦਾ ਹੋਵੇ ਨਾ ਹੋਵੇ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਕਰਤਾਰਪੁਰ ਲਾਂਘੇ ਦੇ ਵਿਰੋਧ ਦੀ ਜਿਹੜੀ ਕੀਮਤ ਹੈ ਉਹ ਜ਼ਰੂਰ ਆਉਣ ਵਾਲੇ ਸਮੇਂ 'ਚ ਚੁਕਾਉਣੀ ਪੈ ਸਕਦੀ ਹੈ, ਉਹਦਾ ਪੰਜਾਬ ਦੇ ਵਿੱਚ ਵਿਰੋਧ ਵੱਧ ਸਕਦਾ। ਬਿਲਕੁਲ। ਬਾਕੀ ਟਹਿਣਾ ਜੀ, ਜੇ ਪਾਕਿਸਤਾਨ ਦੀਆਂ ਏਜੰਸੀਆਂ ਨੇ ਗੜਬੜ ਕਰਨੀ ਹੈ, ਜਿਸ ਤਰ੍ਹਾਂ ਉਹ ਸਮਝਦੇ ਕਿ ਆਈ ਐਸ ਆਈ ਦਾ ਇਹ ਪਲੈਨ ਹੈ, ਪ੍ਰੋਗਰਾਮ ਆ, ਜੇ ਉਹਨਾਂ ਨੇ ਗੜਬੜ ਕਰਨੀ ਹੈ ਤਾਂ ਅੱਤਵਾਦੀ ਵੀਜ਼ਾ ਲੈ ਕੇ ਤਾਂ ਦੇ ਨਹੀਂ, ਸਾਡਾ ਇੰਨਾ ਵੱਡਾ ਬਾਰਡਰ ਲੱਗਦਾ ਉਹ ਕਿਤੋਂ ਵੀ ਘੁਸਪੈਠ ਕਰਕੇ ਇੱਥੇ ਗੜਬੜ ਕਰ ਸਕਦੇ ਆ। ਬਾਕੀ ਟਹਿਣਾ ਜੀ, ਇਹ ਲਾਂਘਾ ਜਿਹੜਾ ਦੋਨਾਂ ਦੇਸ਼ਾਂ ਦੇ ਸਹਿਯੋਗ ਅਤੇ ਸਹਿਮਤੀ ਨਾਲ ਚੱਲਣਾ, ਜੇ ਲਾਂਘਾ ਚੱਲ ਪੈਂਦਾ ਅਤੇ ਉਹਦੇ ਦੌਰਾਨ ਭਾਰਤ ਦੀਆਂ ਏਜੰਸੀਆਂ ਨੂੰ, ਪੰਜਾਬ ਸਰਕਾਰ ਨੂੰ ਇੱਦਾਂ ਦੇ ਕੋਈ ਠੋਸ ਸਬੂਤ ਮਿਲਦੇ ਆ ਕਿ ਉੱਥੇ ਜਿਹੜੇ ਲੋਕ ਜਾ ਰਹੇ ਆ ਉਹਨਾਂ ਨੂੰ ISI ਜਿਹੜਾ ਭੜਕਾ ਰਹੀ ਆ, ਜਾਂ ਕੋਈ ਪਾਕਿਸਤਾਨ ਦੀ ਧਰਤੀ 'ਤੇ ਜਿਹੜੇ ਕੋਈ ਭਾਰਤ ਵਿਰੋਧੀ ਜਿਹੜੇ ਅੱਤਵਾਦੀ ਸੰਗਠਨ ਆ ਉਹ ਸਾਡੇ ਲੋਕਾਂ ਨੂੰ ਕੋਈ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਆ, ਜਾਂ ਹਿੰਸਾ ਕਰਵਾਉਣ ਦੀਆਂ ਉੱਥੇ ਯੋਜਨਾਵਾਂ ਬਣ ਰਹੀਆਂ, ਜੇ ਉਦੋਂ ਕੋਈ ਠੋਸ ਸਬੂਤ ਆ ਜਾਣਗੇ ਤਾਂ ਉਦੋਂ ਇਹਦੇ ਬਾਰੇ ਸੋਚਿਆ ਜਾ ਸਕਦਾ। ਅੱਜ ਹੀ ਅਸੀਂ ਇਹ ਲਾਂਘਾ ਬਣਨ ਤੋਂ ਰੋਕਣ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਉਂ ਕਰ ਰਹੇ ਹਾਂ ਜੀ? ਇਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਥੋੜ੍ਹਾ ਬਹੁਤਾ ਖਿਆਲ ਰੱਖਣਾ ਚਾਹੀਦਾ, ਲੋਕਾਂ ਦੀਆਂ ਭਾਵਨਾਵਾਂ ਦਾ ਵੀ, ਪੰਜਾਬ ਦੇ ਹਿੱਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ। ਜੇ ਕਰਤਾਰਪੁਰ ਲਾਂਘੇ ਦਾ ਮਾਡਲ ਹੈ ਕਾਮਯਾਬੀ ਨਾਲ ਚੱਲ ਪੈਂਦਾ ਤਾਂ ਵਪਾਰ ਲਈ ਵਾਹਗਾ ਬਾਰਡਰ ਖੁੱਲ੍ਹਣ ਦੀਆਂ ਵੀ ਸੰਭਾਵਨਾਵਾਂ ਆ। ਪਾਕਿਸਤਾਨ ਦੀ ਰਾਜਨੀਤੀ 'ਚ, ਪਾਕਿਸਤਾਨ ਦੀ ਫੌਜੀ ਸਥਾਪਤੀ 'ਚ ਜਿਹੜੀ ਇੱਕ ਥੋੜ੍ਹੀ ਬਹੁਤੀ ਹਾਂ ਪੱਖੀ ਤਬਦੀਲੀ ਹੋਈ ਆ, ਇਹਨੂੰ ਭਾਰਤ ਦੇ ਪੱਧਰ 'ਤੇ ਵੀ ਅਤੇ ਪੰਜਾਬ ਦੇ ਪੱਧਰ 'ਤੇ ਵੀ ਸਮਝਿਆ ਜਾਣਾ ਚਾਹੀਦਾ ਅਤੇ ਇਹਦੇ ਪ੍ਰਤੀ ਜਿਹੜਾ ਢੁੱਕਵਾਂ ਹੁੰਗਾਰਾ ਭਰਨਾ ਚਾਹੀਦਾ ਜੀ। ਅਤੇ ਮਾਣਕ ਸਾਹਿਬ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਦੋਂ ਅਸੀਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ ਤਾਂ ਉਸ ਵਕਤ ਚੰਡੀਗੜ੍ਹ ਦੇ ਵਿੱਚ ਆਏ ਹੋਏ ਆ, ਮੋਹਾਲੀ ਦੇ ਵਿੱਚ, ਅਤੇ ਉਹਨਾਂ ਦੇ ਵੱਲੋਂ ਇੱਕ ਗੱਲ ਕਹੀ ਗਈ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਦੇ ਰਾਜ ਦੇ ਵਿੱਚ ਦੇਸ਼ ਦੀ ਜਮਹੂਰੀਅਤ ਅਤੇ ਆਜ਼ਾਦੀ ਨੂੰ ਖਤਰਾ, ਕੀ ਮੰਨਦੇ ਹੋ? ਟਹਿਣਾ ਜੀ, ਉਹਨਾਂ ਦੀ ਇਸ ਗੱਲ 'ਚ ਵਜਨ ਆ। ਆਪਾਂ ਜਦੋਂ ਪਿਛਲੇ
तीन चार सालों तो देख रहे हैं जिस तरह श्री नरेंद्र मोदी की सरकार दे दौरान जिहड़ा घट गिणतियां नूं निशाना बनाया गया, घट गिणतियां खिलाफ़ नफरत पैदा की गई है, तो धर्म निरपक्ष जिहड़े बुद्धिजीवी है वख वख राज्यां चों ते उन्हां ते कातलाना हमले होए आ उहनूं मुख रख के ये डर तौखले वध रहे आ कि देश के दे अंदर जिहड़ी साडी धर्म निरपक्षता साडी जिहड़ी आजादी है साडी जिहड़ी जमहूरीयत है उहदे लई खतरे उभर रहे आ। ये अहसास ये असुरक्षा की भावना जिहड़ी आ लोकां च पैदा हो रही है, ये जिहड़ी लोकां च भावना पैदा हो रही है इहनूं ही जिहड़ी आ डॉक्टर मनमोहन सिंह होरां ने अपनी जबान दिती है, उन्हां वल्लों जिहड़े तौखले प्रगट किए गए आ उन्हां नूं नज़रअंदाज नहीं किया जा सकता जी। तो मान साहब विधानसभा का सैशन है जिहड़ा ਉਹ ਹੁਣ ਤੋਂ ਕੁਛ ਘੰਟਿਆਂ ਬਾਅਦ ਹੀ ਸ਼ੁਰੂ ਹੋਣ ਦੀ ਗੱਲ ਕਹਿ ਸਕਦੇ ਹਾਂ, ਅਤੇ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਉਹ ਵੀ ਤਿਆਰ ਬਰ ਤਿਆਰ ਨੇ ਕਿ ਅਸੀਂ ਆਪਣੀ ਵੱਖਰੀ ਅਸੈਂਬਲੀ ਹੈ ਜਿਹੜੀ ਉਹਦੇ ਰਾਹੀਂ ਪੇਸ਼ ਕਰਾਂਗੇ ਕਿ ਪੰਜਾਬ ਸਰਕਾਰ ਨੇ ਕੀਤਾ ਕੀ ਹੈ। ਕੀ ਮੰਨਦੇ ਹੋ ਕਿ ਕਿੰਨਾ ਕੁ ਹੰਗਾਮੇਪੂਰਨ ਰਹਿਣ ਦੀ ਆਸਾਰ ਹੈ ਜੀ? ਕਹਿਣਾ ਜੀ ਇਹ ਜਿਹੜਾ ਵਿਧਾਨ ਸਭਾ ਦੇ ਅੰਦਰ ਤਾਂ ਵਿਰੋਧੀ ਪਾਰਟੀਆਂ ਅਤੇ ਸੱਤਾਧਾਰੀ ਪਾਰਟੀ 'ਚ ਟਕਰਾਅ ਤਣਾਅ ਹੋਏਗਾ ਜਿਸ ਤਰ੍ਹਾਂ ਹਰ ਵਾਰ ਹੁੰਦਾ, ਪਰ ਸੈਸ਼ਨ ਕੋਈ ਬਹੁਤਾ ਲੰਮਾ ਨਹੀਂ ਹੈਗਾ, ਇਸ ਤਰ੍ਹਾਂ ਦੇ ਰੌਲੇ ਰੱਪੇ 'ਚ ਲੰਘ ਜਾਏਗਾ। ਇਸ ਗੱਲ ਦੀ ਘੱਟ ਹੀ ਸੰਭਾਵਨਾ ਆ ਕਿ ਪੰਜਾਬ ਸਰਕਾਰ ਜਿਹੜੀ ਕੈਪਟਨ ਸਰਕਾਰ ਬਿਹਤਰ ਢੰਗ ਨਾਲ ਇਹ ਜਿਹੜਾ ਸੈਸ਼ਨ ਇਹਨੂੰ ਚਲਾ ਲਏਗੀ, ਜਿੱਦਾਂ ਬਾਕੀ ਜਿਹੜੇ ਸੈਸ਼ਨਾਂ ਦਾ ਪਿਛਲੇ ਲੰਮੇ ਸਮੇਂ ਤੋਂ ਹਸ਼ਰ ਹੁੰਦਾ ਆਇਆ ਇਸੇ ਤਰ੍ਹਾਂ ਦਾ ਇਹਦੇ 'ਚ ਹੋਣ ਦੀ ਸੰਭਾਵਨਾ ਹੈਗੀ ਆ। ਜਦੋਂ ਕਿ ਪੰਜਾਬ ਦੇ ਇਹ ਹਿੱਤ ਮੰਗ ਕਰਦੇ ਆ ਕਿ ਜਿਹੜੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਆ ਉਹ ਲੰਬੇ ਵੀ ਹੋਣ ਅਤੇ ਪੰਜਾਬ ਦੇ ਸਾਰੇ ਪੱਖ ਦੇ ਮੁੱਦਿਆਂ 'ਤੇ ਉਹਨਾਂ ਦੀ ਚਰਚਾ ਵੀ ਹੋਵੇ। ਸਾਡੇ ਬਹੁਤ ਸਾਰੇ ਮਸਲੇ ਇਸੇ ਲਈ ਉਲਝ ਰਹੇ ਆ ਕਿ ਸੰਜੀਦਗੀ ਨਾਲ ਵਿਧਾਨ ਸਭਾ ਦੇ ਅੰਦਰ ਨਾ ਤਾਂ ਵਿਰੋਧੀ ਪਾਰਟੀਆਂ ਮਸਲਿਆਂ ਨੂੰ ਪੂਰੀ ਤਿਆਰੀ ਨਾਲ ਉਠਾਉਣੀਆਂ, ਨਾ ਉਹਨਾਂ ਨੂੰ ਉਠਾਉਣ ਲਈ ਟਾਈਮ ਦਿੱਤਾ ਜਾਂਦਾ ਅਤੇ ਨਾ ਹੀ ਸੈਸ਼ਨ ਇਸ ਮਕਸਦ ਦੇ ਲਈ ਲੰਮੇ ਕੀਤੇ ਜਾਂਦੇ ਆ। ਇਸ ਕਰਕੇ ਕੋਈ ਬਹੁਤ ਜ਼ਿਆਦਾ ਆਸਾਂ ਜਿਹੜਾ ਇਸ ਵਿਧਾਨ ਸਭਾ ਦੇ ਸੈਸ਼ਨ ਤੋਂ ਨਹੀਂ ਹੈਗੀਆਂ। ਬਾਕੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਇਸ ਸੈਸ਼ਨ ਦੇ ਦੌਰਾਨ ਜਿੱਦਾਂ ਪਹਿਲਾਂ ਵੀ ਵੱਖ ਵੱਖ ਮੁਲਾਜ਼ਮ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਹੋਣੀਆਂ ਉਹ ਆਪਣਾ ਮਸਲਾ ਉਠਾਉਣ ਲਈ, ਕਿਉਂਕਿ ਵਿਧਾਨ ਸਭਾ ਉਹਦੇ ਅੰਦਰ ਤਾਂ ਇੱਦਾਂ ਦੇ ਮਸਲੇ ਉੱਠਦੇ ਨਹੀਂ, ਇਸ ਕਰਕੇ ਬਾਹਰ ਵਿਖਾਵੇ ਕਰਕੇ ਉਹ ਆਪਣੇ ਮਸਲੇ ਉਠਾਉਣ ਦਾ ਯਤਨ ਕਰਨਗੇ ਜਿਹੜੇ ਵੱਖ ਵੱਖ ਸੰਗਠਨ ਹੈ। ਜੀ ਜੀ ਮਾਨਕ ਸਾਹਿਬ, ਖਬਰਾਂ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਤੁਸੀਂ ਸਟੂਡੀਓ ਦੇ ਵਿੱਚ ਆਏ, ਹਰ ਹਫ਼ਤੇ ਦੀ ਤਰ੍ਹਾਂ ਬਹੁਤ ਕੀਮਤੀ ਟਿੱਪਣੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।